بسم الله الرحمن الرحيم. فلولا نفر من كل فرقة منهم طائفة ليتفقهوا في الدين ولينذروا قومهم إذا رجعوا إليهم لعلهم يحذرون. بسم الله الرحمن الرحيم، وصلى الله على محمد وآل الطيبين الطاهرين المعصومين، أما بعد. ਅਸਦੀਨੀ ਹਕਾਮ ਦਾ ਪ੍ਰੋਗਰਾਮ ਗਿਣ ਕੇ ਸਰਾਇਕੀ ਬੋਲਾਂ ਵਾਲੇ ਬਿਹਣੀ ਬਿਰਾਮ ਦੀ ਖਿਦਮਤ ਵਿੱਚ ਹਾਜ਼ਰ ਹੈ। ਸਾਡੀ ਤਰਫੋਂ ਸਲਾਮ ਕਬੂਲ ਕਰੋ। ਬਾਰਗਾਹ ਖੁਦਾਬੰਦੀ ਤੁਹਾਡੀ ਸਿਹਤ ਔਰ ਸਲਾਮਤੀ ਕਾਮਯਾਬੀ ਵਾਸਤੇ ਦੁਆ ਗੋ ਹੈ। ਅਤੇ ਅੱਜ ਜਿਹੜੇ ਹਕਾਮ ਕੋ ਤੁਹਾਡੀ ਖਿਦਮਤ ਵਿੱਚ ਬਿਆਨ ਕਰਨੇ, ਔਰ ਨਮਾਜ਼ ਦੇ ਤਸ਼ਹੁਦ ਔਰ ਸਲਾਮ ਦੇ ਹਵਾਲੇ ਦੇ ਨਾਲ, ਕਿ ਨਮਾਜ਼ ਦੇ ਤਸ਼ਹੁਦ ਪੜ੍ਹਨ ਦੇ ਹਵਾਲੇ ਨਾਲ ਔਰ ਨਮਾਜ਼ ਦਾ ਸਲਾਮ ਇਹ ਹਵਾਲੇ ਦੇ ਨਾਲ, ਤਮਾਮ ਵਾਜਬ ਨਮਾਜ਼ਾਂ ਔਰ ਮੁਸਤਹਬ ਨਮਾਜ਼ਾਂ ਦੀ ਦੂਜੀ ਰਕਾਤ, ਇਵੇਂ ਕਿ ਨਮਾਜ਼ ਮਗਰਬ ਦੀ ਤੀਜੀ ਰਕਾਤ ਔਰ ਨਮਾਜ਼ ਜ਼ੁਹਰ ਅਸਰ ਔਰ ਅਸ਼ਾ ਦੀ ਚੌਥੀ ਰਕਾਤ ਦੇ ਬਾਅਦ, ਦੂਜੇ ਸਜਦੇ ਦੇ ਬਾਅਦ ਤਸ਼ਹੁਦ ਦਾ ਅੰਜਾਮ ਲੈਣਾ ਵਾਜਬ ਹੈ। ਇਹ ਕੈਫੀਅਤ ਦੀ, ਹੁਣ ਕੈਫੀਅਤ ਤਸ਼ਹੁਦ ਦੀ ਕਿਆ ਹੈ? ਬਸ ਤਮਾਮ ਵਾਜਬ ਨਮਾਜ਼ਾਂ ਹਨ, ਜਿਤਨਾ ਵੀ ਵਾਜਬ ਹਨ, ਮੁਸਤਹਬ ਨਮਾਜ਼ਾਂ ਹਨ, ਦੂਜੀ ਰਕਾਤ ਦੇ ਬਾਅਦ ਉਹ ਨਮਾਜ਼, ਇਵੇਂ ਹੈ ਕਿ ਨਮਾਜ਼ ਮਗਰਬ ਦੀ ਤੀਜੀ ਰਕਾਤ ਦੇ ਬਾਅਦ, ਨਮਾਜ਼ ਜ਼ੁਹਰ ਅਸਰ ਅਸ਼ਾ ਦੀ ਚੌਥੀ ਰਕਾਤ ਦੇ ਬਾਅਦ, ਦੂਜਾ ਜਿਹੜੇ ਵੇਲੇ ਸਜਦਾ ਕਰ ਗਿਨੀ ਜੇ ਚੌਥੀ ਰਕਾਤ, ਜਿਹੜੀ ਨਮਾਜ਼ ਚਾਰ ਰਕਾਤੀ ਹੈ, ਉਹਦੇ ਦੂਜੇ ਸਜਦੇ ਦੇ ਬਾਅਦ ਤਸ਼ਹੁਦ ਦਾ ਅੰਜਾਮ ਦੇਵਣਾ ਕਿਆ ਹੈ? ਵਾਜਬ ਹੈ। ਦੋ ਰਕਾਤੀ ਨਮਾਜ਼ 'ਚ ਇੱਕ ਦਫ਼ਾ ਤਸ਼ਹੁਦ ਪੜ੍ਹਨਾ ਵਾਜਬ ਹੈ। ਤ੍ਰੈ ਰਕਾਤੀ ਨਮਾਜ਼ ਹੋਵੇ ਅਤੇ ਚਾਰ ਰਕਾਤੀ ਨਮਾਜ਼ ਹੋਵੇ ਤਾਂ ਦੂਜੀ ਰਕਾਤ ਦੇ ਦੂਜੇ ਸਜਦੇ ਦੇ ਬਾਅਦ ਵੀ ਇੱਕ ਦਫ਼ਾ ਤਸ਼ਹੁਦ ਪੜ੍ਹਨਾ ਵਾਜਬ ਹੈ। ਵੱਲ ਇਹ ਕਿ ਤ੍ਰੀਜੀ ਰਕਾਤ ਤ੍ਰੈ ਰਕਾਤੀ ਹੋਵੇ ਤਾਂ ਤ੍ਰੀਜੀ ਰਕਾਤ ਦੇ ਦੂਜੇ ਸਜਦੇ ਦੇ ਬਾਅਦ ਵੀ ਤਸ਼ਹੁਦ ਪੜ੍ਹਨਾ ਵਾਜਬ ਹੈ। ਅਗਰ ਨਮਾਜ਼ ਚਾਰ ਰਕਾਤੀ ਹੋਵੇ ਤਾਂ ਵੱਲ ਕਿਆ ਹੈ? ਇੱਕ ਵਾਰੀ ਦੂਜੀ ਰਕਾਤ ਹੈ ਤਸ਼ਹੁਦ ਪੜ੍ਹੇ ਸੀ, ਇੱਕ ਵਾਰੀ ਚੌਥੀ ਰਕਾਤ ਦੇ ਦੂਜੇ ਸਜਦੇ ਦੇ ਬਾਅਦ ਵੀ ਤਸ਼ਹੁਦ ਪੜ੍ਹਨਾ ਕਿਆ ਹੈ? ਵਾਜਬ ਹੈ। ਹੁਣ ਤਰੀਕਾ ਤਸ਼ਹੁਦ ਦਾ ਕਿਆ ਹੈ ਜਾਂ ਕੈਫੀਅਤ ਤਸ਼ਹੁਦ ਕਿਆ ਹੈ? ਅਸ਼ਹਦੁ ਅੱਲਾ ਇਲਾਹ ਇਲੱਲਾਹ ਵਹਿਦਹੁ ਲਾ ਸ਼ਰੀਕਾ ਲਹ ਵਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਰਸੂਲੁਹ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਆਲ ਮੁਹੰਮਦ। ਇਹ ਤਸ਼ਹੁਦ। ਹੁਣ ਜਿਹੜਾ ਨਾ ਤਸ਼ਹੁਦ ਦੇ ਕੁਛ ਥੋੜ੍ਹੇ ਜਿਹੇ ਅਹਕਾਮ ਤੁਹਾਡੀ ਖਿਦਮਤ ਵਿੱਚ ਬਿਆਨ ਕਰੇ ਸੂ। ਇਹਤਿਆਤ ਵਾਜਬ ਦੀ ਬਿਨਾਹ 'ਤੇ ਇਹ ਕਿ ਇਹੋ ਤਸ਼ਹੁਦ ਜਿਹੜਾ ਤੁਹਾਡੀ ਖਿਦਮਤ ਦੱਸਿਆ ਗਿਆ, ਅਸ਼ਹਦੁ ਅੱਲਾ ਇਲਾਹ ਇਲੱਲਾਹ ਵਹਿਦਹੁ ਲਾ ਸ਼ਰੀਕਾ ਲਹ ਵਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਰਸੂਲੁਹ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਆਲ ਮੁਹੰਮਦ। ਇਹ ਤਸ਼ਹੁਦ ਦੇ ਇਲਾਵਾ ਬੀਅ ਤਸ਼ਹੁਦ ਨਾ ਪੜ੍ਹਿਆ ਵਣੇ। ਇਹਤਿਆਤ ਵਾਜਬ ਇਹ ਕਿ ਇਹੋ ਤਸ਼ਹੁਦ ਹੀ ਪੜ੍ਹਿਆ ਵਣੇ। ਇਹ ਤਸ਼ਹੁਦ ਦੇ ਇਲਾਵਾ ਕੋਈ ਬੀਅ ਤਸ਼ਹੁਦ ਨਾ ਪੜ੍ਹਿਆ ਵਣੇ। ਬੀਆ ਜਿਹੜਾ ਇੱਕ ਮਸਲਾ ਇਹ ਕਿ ਤਮਾਮ ਵਾਜਬ ਨਮਾਜ਼ਾਂ ਦੀ ਰਕਾਤ ਦੂਜੀ ਰਕਾਤ ਦੇ ਸਜਦੇ ਦੋਵਮ ਦੇ ਬਾਅਦ ਜਿਹੜੇ ਵੇਲੇ ਵੀ ਨਮਾਜ਼ ਗੁਜ਼ਾਰ ਹੋਣ, ਕਿਵੇਂ ਪੜ੍ਹਸੀ? ਦੂਜੀ ਤਮਾਮ ਵਾਜਬ ਨਮਾਜ਼ਾਂ ਦੀ ਰਕਾਤ ਦੂਜੀ ਰਕਾਤ ਦੇ ਬਾਅਦ ਸਜਦੇ ਦੂਜੀ ਰਕਾਤ ਦੇ ਸਜਦੇ ਦੋਵਮ ਦੇ ਬਾਅਦ ਕਿਆ ਹੈ? ਨਮਾਜ਼ ਗੁਜ਼ਾਰ ਬਹਿ ਜਿਹੜੇ ਵੇਲੇ ਦੂਜੇ ਸਜਦਾ ਡੇ ਗਿਨੇ, ਦੂਜੇ ਸਜਦੇ ਦੇ ਬਾਅਦ ਜਿਹੜੇ ਵੇਲੇ ਬਾਹੇ ਬਾਹਣ ਦੇ ਬਾਅਦ ਉਹਦਾ ਜਿਸਮ ਕਿਆ ਹੋਵੇ? ਹਾਲਤ ਸਕੂਨ 'ਚ ਔਰ ਆਰਾਮ ਜਿਹੜੇ ਵੇਲੇ ਹੋਵੇ, ਉਹ ਵਾਲੇ ਤਸ਼ਹੁਦ ਪੜ੍ਹਨਾ ਵਾਜਬ ਹੈ। ਯਾਨੀ ਇਹ ਜਿਸਮ ਦਾ ਮਤਲਬ ਜਿਹੜੇ ਵੇਲੇ ਜਿਸਮ ਆਰਾਮ ਹੋਵੇ, ਉਹ ਵਾਲੇ ਤਸ਼ਹੁਦ ਪੜ੍ਹਨਾ ਕਿਆ ਹੈ? ਸ਼ੁਰੂ ਕਰੇ। ਹਿੱਕੇ ਇਹ ਵਾਜਬ ਨਮਾਜ਼ਾਂ, ਵਾਜਬ ਨਮਾਜ਼ਾਂ ਦੇ ਵਿੱਚ ਇਹ ਕਿ ਜਿਹੜੇ ਵੇਲੇ ਦੂਜਾ ਸਜਦਾ ਡੇ ਗਿਨੇ, ਦੂਜੀ ਰਕਾਤ ਦਾ, ਜਾਂ ਮਸਲਾਂ ਨੇ ਕਿ ਤ੍ਰੀਜੀ ਰਕਾਤ ਦਾ ਦੂਜੇ ਸਜਦੇ ਦੇ ਬਾਅਦ, ਜਾਂ ਚਾਰ ਰਕਾਤੀ ਦੇ ਮਸਲਾ ਦੇ ਕੇ ਦੂਜੇ ਸਜਦੇ ਦੇ ਬਾਅਦ,
ਊਂ ਵੇਲੇ ਇਹ ਹੈ ਕਿ ਜਿਹੜੇ ਵੇਲੇ ਬਹਿ ਵਜੇ ਬਾਣ ਦੇ ਬਾਅਦ ਜਿਸਮ ਸਾਕਨ ਅਤੇ ਸਹਾਲਾ ਅਤੇ ਸਕੂਨ 'ਚ ਹੋਵੇ ਊਂ ਵੇਲੇ ਤਸ਼ਹੁਦ ਪੜ੍ਹਨਾ ਕਿਆ ਹੈ ਸ਼ੁਰੂ ਕਰੇ ਸੀ। ਲੇਕਿਨ ਕਿ ਮੁਸਤਹਬ ਨਮਾਜ਼ਾਂ ਦੇ ਵਿੱਚ ਬਾਣਾ ਔਰ ਜਿਸਮ ਦਾ ਹਾਲਤ ਸਕੂਨ ਦੇ ਵਿੱਚ ਹੋਣਾ ਵਾਜਿਬ ਨਹੀਂ, ਇਹ ਵਾ ਹੁਕਮ ਹੈ ਵਾਜਿਬ ਨਮਾਜ਼ਾਂ ਵਾਸਤੇ। ਲੇਕਿਨ ਇਹ ਹੁਕਮ ਮੁਸਤਹਬ ਨਮਾਜ਼ਾਂ ਦੇ ਵਾਸਤੇ ਨਹੀਂ ਕਿ ਜਿਸਮ ਹਾਲਤ ਸਕੂਨ 'ਚ ਹੋਵੇ ਅਤੇ ਬਹਿ ਔਰ ਹਾਲਤ ਸਕੂਨ 'ਚ ਹੋਵੇ, ਇਹ ਉੱਥੋਂ ਜ਼ਰੂਰੀ ਨਹੀਂ। ਵੀ ਇਹ ਸ਼ਰੀ ਮਸਲਾ ਇਹ ਕਿ ਤਸ਼ਾਹੁਦ ਦੇ ਜਿਹੜੇ ਅਲਫਾਜ਼ ਔਰ ਕਲਮਾਤ ਹਨ, ਮਸਲਾ ਅਸ਼ਹਦ ਵੱਲਾ ਇਲਾਹ ਇਲੱਲਾਹ ਵਹਿਦਹੁ ਲਾ ਸ਼ਰੀਕਾ ਅੱਲਾਹ ਵਅਸ਼ਹਦ ਅੰਨ ਮੁਹੰਮਦਨ ਅਬਦੁਹੁ ਵਰਸੂਲੁਹ ਅੱਲਾਹੁਮਾ ਸੱਲ ਅਲਾ ਮੁਹੰਮਦ ਵਅਲ ਮੁਹੰਮਦ, ਇਹ ਜਿਹੜੇ ਅਲਫਾਜ਼ ਹਨ ਤਸ਼ਾਹੁਦ ਦੇ ਔਰ ਕਲਮਾਤ ਹਨ, ਇਹਨਾਂ ਕੋ ਸਹੀ ਅਰਬੀ ਦੇ ਵਿੱਚ ਅਦਾ ਕੀਤਾ ਵਜੇ। ਇੱਕ ਦੂਜਾ ਹੈ ਕਿ ਇੱਕ ਦੂਜੇ ਦੇ ਬਾਅਦ ਇਹਨਾਂ ਕਲਮਾਤ ਕੋ ਅਦਾ ਕੀਤਾ ਵਜੇ, ਫਾਸਲਾ ਨਾ ਹੋਵੇ ਦਰਮਿਆਨ 'ਚ, ਇਹ ਇੱਕ ਸ਼ਰੀ ਮਸਲਾ ਹੈ। ਵੀ ਇਹ ਕਿ ਅਗਰ ਕੋਈ ਸ਼ਖਸ ਨਮਾਜ਼ ਦੇ ਵਿੱਚ ਤਸ਼ਹੁਦ ਪੜ੍ਹਨਾ ਭੁੱਲ ਵਜੇ, ਹੁਣ ਇਹਦੇ ਹਵਾਲੇ ਦੇ ਨਾਲ ਦੂਤਰੇ ਮਸਲੇ ਨੇ ਤੁਹਾਡੀ ਖਿਦਮਤ 'ਚ ਜਿਹੜੇ ਅਰਜ਼ ਕਰਨਾ ਜ਼ਰੂਰੀ ਹਨ ਕਿ ਨਮਾਜ਼ ਦੀ ਹਾਲਤ ਸ਼ਖਸ ਕੋ ਦੂਜੀ ਰਕਾਤ ਦੇ ਦੂਜੇ ਸਜਦੇ ਦੇ ਬਾਅਦ ਤਸ਼ਹੁਦ ਪੜ੍ਹਨਾ ਹੈ ਜਾਂ ਤ੍ਰੀਜੀ ਫਰਕ ਨਹੀਂ ਕਰਦਾ ਕਿ ਤ੍ਰੀਜੀ ਰਕਾਤ ਦੂ ਰਕਾਤੀ ਹੋਵੇ, ਤ੍ਰੈ ਰਕਾਤੀ ਹੋਵੇ ਜਾਂ ਚਾਰ ਰਕਾਤੀ ਹੋਵੇ। ਬਹਰਹਾਲ ਕਿ ਸ਼ਖਸ ਨਮਾਜ਼ ਤਸ਼ਹੁਦ ਪੜ੍ਹਨਾ ਭੁੱਲ ਗਏ ਔਰ ਕਹੇ ਬਸ ਤ੍ਰੈ ਰਕਾਤ ਦੀ ਹੈ, ਹੁਣ ਉੱਠੇ ਕਿਆਮ ਦੀ ਮਤਲਬ ਤ੍ਰੀਜੀ ਰਕਾਤ ਵਾਸਤੇ ਉੱਠੇ, ਹਾਲਾਤ ਕਿਆਮ ਜਿਹੜੇ ਵੇਲੇ ਗਏ। ਹੁਣ ਇੱਥੇ ਕਈ ਸੂਰਤਾਂ ਬਣਦੇ ਨੇ, ਇੱਕ ਵਾਰੀ ਤਾਂ ਕਿ ਰਕੂ ਕੋਲੋਂ ਪਹਿਲੇ ਕੋਈ ਯਾਦ ਆ ਗਏ, ਤ੍ਰੀਜੀ ਰਕਾਤ ਦੇ ਰਕੂ ਕੋਲੋਂ ਪਹਿਲੇ ਕੋਈ ਯਾਦ ਆ ਗਏ ਕਿ ਮੈਂ ਤਸ਼ਹੁਦ ਪੜ੍ਹਨਾ ਭੁੱਲ ਗਈਆਂ, ਅਤੇ ਇੱਥੇ ਕਿਆ ਕਰੇ, ਹਾਲੀ ਰਕੂ ਨਹੀਂ ਸੀ ਕੀਤਾ, ਬਾਅਦ ਵਾਲੀ ਰਕਾਤ ਦਾ ਰਕੂ ਨਹੀਂ ਸੀ ਕੀਤਾ ਅਤੇ ਭੁੱਲਿਆ, ਤਸ਼ਹੁਦ ਯਾਦ ਆ ਗਏ, ਉਹ ਦੁਬਾਰਾ ਕਿਆ ਹੈ ਇੱਥਾ ਜ਼ਰੂਰੀ ਹੈ ਕਿ ਫੌਰਨ ਬਹਿ ਵਜੇ ਬਾਹਣ ਦੇ ਬਾਅਦ ਜਿਹੜਾ ਤਸ਼ਹੁਦ ਭੁੱਲੇ ਉਹ ਕੋ ਅੰਜਾਮ ਦੇਵੇ। ਦੁਬਾਰਾ ਖੜਾ ਥੀ ਸੀ ਤੀਜੀ ਰਕਾਤ ਜੋ ਕੁਛ ਪੜ੍ਹਨੇ ਉਹ ਅੰਜਾਮ ਦੇ ਸੀ ਔਰ ਇਹ ਤਰੀਕੇ ਦੇ ਨਾਲ ਨਮਾਜ਼ ਖਤਮ ਕਰੇ ਸੀ। ਇੱਥਾਂ ਇਹ ਕਿ ਇੱਕ ਇਹਤਿਆਤ ਮੁਸਤਹਬ ਵੀ ਹੈ, ਚੂੰਕਿ ਬੇਜਾ ਖੜਾ ਥੇ ਤਸ਼ਹੁਦ ਪੜ੍ਹਨ ਦੀ ਜਾ ਹੈ, ਤਸ਼ਹੁਦ ਪੜ੍ਹਨ ਕੋਲ ਪਹਿਲੇ ਖੜਾ ਥੀ ਚੁੱਕੇ, ਬੇਜਾ ਜਿਹੜਾ ਖੜਾ ਥੇ ਉਹਦੇ ਵਾਸਤੇ ਇਹਤਿਆਤ ਮੁਸਤਹਬ ਹੈ ਕਿ ਡੂ ਸਜਦੇ ਸਾਹਿਬ ਕੋ ਵੀ ਕਿਆ ਕਰੇ ਅੰਜਾਮ ਦੇਵੇ। ਇੱਕ ਵੀ ਆ ਹੁਕਮ ਜਿਹੜਾ ਇੱਥਾਂ ਹੈ ਉਹ ਇਹ ਹੈ ਕਿ ਅਗਰ ਇਹ ਤਾਂ ਹੀ ਰਕੂ ਕੋਲੋਂ ਪਹਿਲੇ ਬਾਅਦ ਵਾਲੀ ਰਕਾਤ ਦੇ ਰਕੂ ਕੋਲੋਂ ਪਹਿਲੇ ਉਹਕੂ ਯਾਦ ਆ ਗਿਆ ਕਿ ਮੈਂ ਤਸ਼ਹੁਦ ਭੁੱਲ ਗਿਆ ਹਾਂ, ਉਹ ਕਿਆ ਹੈ ਫੌਰਨ ਬਹਿ ਬਾਹਣ ਦੇ ਬਾਅਦ ਤਸ਼ਹੁਦ ਪੜ੍ਹੇ, ਤਸ਼ਹੁਦ ਦੇ ਬਾਅਦ ਤ੍ਰੀਜੀ ਰਕਾਤ 'ਚ ਉੱਠ ਸੀ ਜਿਹੜਾ ਕੁਝ ਪੜ੍ਹਨੇ ਦੀ ਪੜ੍ਹ ਸੀ ਔਰ ਕਿਆ ਹੈ ਨਮਾਜ਼ ਖਤਮ ਕਰੇ ਸੀ। ਇੱਕ ਵਾਰੀ ਇਹ ਕਿ ਰਕੂ ਦੇ ਬਾਅਦ ਉਹਕੂ ਤਸ਼ਹੁਦ ਭੁੱਲਿਆ ਹੋਇਆ ਯਾਦ ਹੈ ਕਿ ਉਹ ਵੇਲੇ ਹੈ ਕਿ ਕਿਆ ਕਰੇ ਨਮਾਜ਼ ਆਪਣੀ ਕੋ ਖਤਮ ਕਰੇ, ਉਹ ਨਮਾਜ਼ ਦੇ ਸਲਾਮ ਦੇ ਬਾਅਦ ਇਹਤਿਆਤ ਮੁਸਤਹਬ ਹੈ ਕਿ ਤਸ਼ਹੁਦ ਜਿਹੜਾ ਭੁੱਲ ਗਏ ਉਹ ਕੋ ਬਜਾ ਲਾਵੇ। ਇਹਤਿਆਤ ਮੁਸਤਹਬ ਹੈ ਕਿ ਜਿਹੜਾ ਤਸ਼ਹੁਦ ਭੁੱਲ ਗਏ ਉਹ ਕੋ ਕਿਆ ਕਰੇ ਸੀ ਉਹਦੀ ਕਜ਼ਾ ਜਿਹੜਾ ਨਾ ਉਹ ਨਮਾਜ਼ ਕੋ ਖਤਮ ਕਰੇ ਸੀ। ਬਸ ਇਹ ਕਿ ਰਕੂ ਦੇ ਬਾਅਦ ਅਗਰ ਕਹੀਂ ਕੋ ਯਾਦ ਆਵੇ ਕਿ ਮੈਂ ਨਮਾਜ਼ ਦੇ ਵਿੱਚ ਤਸ਼ਹੁਦ ਪੜ੍ਹਨਾ ਭੁੱਲ ਗਈ ਹਾਂ ਤਾਂ ਉਹ ਵੇਲੇ ਕਿ ਚੁੱਕੇ ਬਈ ਰਕਾਤ ਦਾ ਰਕੂ ਕਰ ਚੁੱਕੇ ਉਹ ਵੇਲੇ ਨਮਾਜ਼ ਕੋ ਖਤਮ ਕਰੇ, ਨਮਾਜ਼ ਦਾ ਸਲਾਮ ਦੇਵੇ। ਨਮਾਜ਼ ਦਾ ਸਲਾਮ ਦੇਵਣ ਦੇ ਬਾਅਦ ਇਹਤਿਆਤ ਮੁਸਤਹਬੀ ਦੇ ਵਿੱਚ ਹੈ ਕਿ ਜਿਹੜਾ ਤਸ਼ਹੁਦ ਉਹ ਭੁੱਲ ਗਏ ਇਹਦੀ ਕਜ਼ਾ ਕਰੇ। ਇੱਥਾਂ ਵੀ ਦੂ ਸਜਦੇ ਸਾਹਿਬ ਦਾ ਅੰਜਾਮ ਦੇਵਣਾ ਕਿਆ ਹੈ ਉਹ ਵੀ ਕਿਆ ਹੈ ਮੁਸਤਹਬ। ਇੱਕ ਵੀ ਆ ਜਿਹੜਾ ਮਸਲਾ ਹੈ ਉਹ ਇਹ ਕਿ ਤਸ਼ਹੁਦ ਦੀ ਹਾਲਤ 'ਚ ਮੁਸਤਹਬ ਹੈ ਕਿ ਇਨਸਾਨ ਜਿਹੜੇ ਤਸ਼ਹੁਦ ਦੀ ਹਾਲਤ 'ਚ ਬੈਠਾ ਬਾਹੇ ਤਸ਼ਹੁਦ ਦੀ ਹਾਲਤ 'ਚ ਬਹਿ ਉਹ ਵੇਲੇ ਇਹ ਕਿ ਸੱਜੇ ਪੇਰ ਦੇ ਕਿਆ ਹੈ ਖੱਬੇ ਪੇਰ ਦੇ ਰਾਨ 'ਤੇ ਬਹਿ, ਇਹ ਜਿਹੜੀ ਰਾਨ ਸੀ ਇਹਦੇ ਮਤਲਬ ਨਾ ਕਿਆ ਹੈ ਬਹਿ
ਅਤੇ ਜਿਹੜਾ ਸੱਜਾ ਪੈਰ ਹੀ ਸੀ ਇਹਦੇ ਬਹਿਰ ਵਾਲਾ ਜਿਹੜਾ ਪਾਸਾ ਉਤਲੇ ਪਾਸੇ ਕੋ ਕਿਆ ਕਰੇ ਖੱਬੇ ਪੈਰ ਦਾ ਜਿਹੜਾ ਅੰਦਰ ਵਾਲੀ ਤੱਲੀ ਹੈ ਉਹਦੇ ਉੱਤੇ ਰੱਖੇ। ਅਸਲਾਂ ਨੇ ਕਿ ਈ ਤਰੀਕੇ ਦੇ ਨਾਲ ਉਹ ਖੱਬਾ ਪੈਰ ਈ ਪੇ ਅਤੇ ਸੱਜੇ ਪੈਰ ਕੋ ਜਿਹੜਾ ਨਾ ਈ ਇਹ ਅੰਦਰ ਵਾਲਾ ਪਾਸਾ ਹੈ ਖੱਬੇ ਪੈਰ ਦਾ, ਸੱਜੇ ਪੈਰ ਦਾ ਜਿਹੜਾ ਬਹਿਰ ਵਾਲਾ ਪਾਸਾ ਹੈ ਇਹ ਕੋ ਇਵੇਂ ਰੱਖੇ ਸੀ। ਈ ਹਾਲਤ ਦੇ ਵਿੱਚ ਹੈ ਬਹਿ ਇਹ ਮੁਸਤਹੱਬ ਹੈ, ਇੱਕੋ ਮਤਲਬ ਹਾਲਤ ਈ ਹਾਲਤ 'ਚ ਬਾਹਵਣਾ ਤਸ਼ਹੁਦ ਪੜ੍ਹਦੇ ਵੇਲੇ ਇਹ ਮੁਸਤਹੱਬ ਹੈ। ਇੱਕ ਵੀ ਆਮ ਵਾਲੀ ਥਾਂ ਇਹ ਕਿ ਤਸ਼ਹੁਦ ਪੜ੍ਹਨ ਕੋਲੋਂ ਪਹਿਲੇ ਇਹ ਆਖਣਾ ਮੁਸਤਹੱਬ ਹੈ, ਅਲਹਮਦੁਲਿਲਾ ਅਲਹਮਦੁਲਿਲਾ ਪਹਿਲੇ ਮਸਲ ਆਖੇ ਅਲਹਮਦੁਲਿਲਾ ਵੱਲ ਸ਼ੁਰੂ ਕਰਿਆ ਅਸ਼ਹਦੁ ਅੱਲਾ ਇਲਾਹ ਇਲਲਾਹ ਵਹਦਹੁ ਲਾ ਸ਼ਰੀਕ ਲਹ ਤਸ਼ਹੁਦ ਪੜ੍ਹਨਾ ਸ਼ੁਰੂ ਕਰੇ, ਜਾਂ ਇਹ ਕਿ ਇਹ ਜ਼ਿਕਰ ਪੜ੍ਹਨਾ ਮੁਸਤਹੱਬ ਹੈ ਕਿ ਬਿਸਮਿਲ੍ਲਾਹ ਵਬਿੱਲਾਹ ਵਲਹਮਦੁਲਿਲਾਹ ਵਖੈਰੁਲ ਅਸਮਾ ਲਿਲਾਹ, ਇਹ ਆਖਣਾ ਮੁਸਤਹੱਬ ਹੈ, ਇਹ ਮੁਸਤਹੱਬ ਦੇ ਹਵਾਲੇ ਨਾਲ। ਹੁਣ ਵੀਆਂ ਦੋ ਤਰੇ ਚੀਜ਼ਾਂ ਤਰੇ ਚਾਰ ਚੀਜ਼ਾਂ ਵੀਆਂ ਵੀ ਤਸ਼ਹੁਦ ਦੇ ਹਵਾਲੇ ਨਾਲ ਜਿਹੜਾ ਮੁਸਤਹੱਬ ਅਮਲ ਹਨ ਤਸ਼ਹੁਦ ਦੀ ਹਾਲਤ 'ਚ ਉਹਨਾਂ ਕੋ ਮੈਂ ਬਿਆਨ ਕਰਨਾ ਕਰਿਆ ਨਾ ਤੁਹਾਡੀ ਖਿਦਮਤ 'ਚ। ਇੱਕ ਤਾਂ ਇਹ ਕਿ ਤਸ਼ਹੁਦ ਪੜ੍ਹਦੇ ਵੇਲੇ ਤੁਹਾਡੇ ਦੋਹਾਂ ਹੱਥ ਕਿਆ ਹੋਵੇਨ, ਇਹਨਾਂ ਰਾਨਾਂ ਦੇ ਉੱਤੇ ਹੋਵਣ, ਗੋਡਿਆਂ ਦੇ ਉੱਤੇ ਹੋਵਣ, ਜੇ ਕੋਈ ਰਾਨ ਆ ਦੇਣ ਇਹਦੇ ਉੱਤੇ ਹੋਵਣ, ਇਹ ਮੁਸਤਹੱਬ ਹੈ। ਇਵੇਂ ਇੱਕ ਜਿਹੜੇ ਵੇਲੇ ਤਸ਼ਹੁਦ ਪੜ੍ਹਦੇ ਪਏ ਹੋ ਤਾਂ ਤੁਹਾਡੇ ਹੱਥਾਂ ਦਾ ਇਹ ਅੰਗਲੀ ਜਿਹੜਾ ਹਨ ਇਹ ਆਪਸ ਵਿੱਚ ਚਿਮਟਿਆ ਹੋਣ ਅਤੇ ਵਿਕਿਆ ਆਇਆ ਹੋਵਣ, ਇਹ ਇਵੇਂ ਜਿਹੜੇ ਵੇਲੇ ਗੋਡਿਆਂ ਦੇ ਉੱਤੇ ਹੱਥ ਪੈਣ ਇਹ ਹੱਥ ਕਿਆ ਹੋਵਣ, ਇਹਨਾਂ ਦਾ ਅੰਗਲੀ ਵਿਕਿਆ ਆਇਆ ਹੋਣ। ਵੀ ਇਹ ਇੱਕ ਚੀਜ਼ ਜਿਹੜੀ ਮੁਸਤਹੱਬ ਇਹ ਉਹ ਮੁਸਤਹੱਬ ਤਸ਼ਹੁਦ 'ਚ ਉਹ ਹੈ ਕਿ ਤੁਹਾਡੀ ਨਿਗਾਹ ਕਿਆ ਹੋਵੇ, ਉਹ ਆਪਣੀ ਝੋਲੀਏ 'ਚ ਦਾਮਨ 'ਚ ਅਤੇ ਝੋਲੀਏ ਵਿੱਚ ਤੁਹਾਡੀ ਨਿਗਾਹ ਹੋਵੇ, ਕਹੀਂ ਬੇ ਪਾਸੇ ਨਾ ਦੇ ਪਿਓ ਉਹ ਜਿਹੜਾ ਤਸ਼ਹੁਦ ਦੀ ਹਾਲਤ 'ਚ ਬੈਠੇ ਵੇ ਤੁਹਾਡੀ ਨਿਗਾਹ ਹੀ ਥਾਈ ਹੋਵੇ। ਇੱਕ ਵੀ ਅਮਲ ਜਿਹੜਾ ਹੈ ਕਿ ਤਸ਼ਹੁਦ ਅਵਲ ਦੇ ਬਾਅਦ ਤਰੇ ਰਕਾਤੀ ਨਮਾਜ਼ 'ਚ ਜਾਂ ਚਾਰ ਰਕਾਤੀ ਨਮਾਜ਼ 'ਚ ਤਸ਼ਹੁਦ ਅਵਲ ਦੇ ਬਾਅਦ ਇਹ ਜ਼ਿਕਰ ਆਖਣਾ ਕਿ ਵ ਤਕੱਬਲ ਸ਼ਫਾਅਤਹੁ ਵਰਫਅ ਦਰਜਤਹ, ਇਹ ਮੁਸਤਹੱਬ ਹੈ। ਔਰਤਾਂ ਦੇ ਵਾਸਤੇ ਕਿਆ ਹੈ ਜਿਹੜਾ ਅਮਲ ਮੁਸਤਹੱਬ ਹੈ ਤਸ਼ਹੁਦ ਦੀ ਹਾਲਤ 'ਚ, ਉਹ ਇਹ ਹੈ ਕਿ ਕਿਆ ਹੈ ਤਸ਼ਹੁਦ ਪੜ੍ਹਦੇ ਵੇਲੇ ਉਹਨਾਂ ਦੇ ਗੋਡੇ ਆਪਸ 'ਚ ਕਿਆ ਹੈ ਵਿੱਕੇ ਹੋਏ ਹੋਵਣ, ਮਿਲੇ ਹੋਵਣ, ਉਹਨਾਂ ਦੇ ਗੋਡੇ ਹਾਲਤ ਤਸ਼ਹੁਦ 'ਚ। ਇਹ ਹੈ ਇਹਦੇ ਹਵਾਲੇ ਦੇ ਨਾਲ। ਹੁਣ ਅਸਾਂ ਥੋੜ੍ਹਾ ਜਿਹਾ ਜਿਹੜਾ ਨਾ ਸਲਾਮ ਦੇ ਹਵਾਲੇ ਦੇ ਨਾਲ ਤੁਹਾਡੀ ਖਿਦਮਤ 'ਤੇ ਅਰਜ਼ ਕਰਨੇ ਕਿ ਆਖਰੀ ਜਿਹੜਾ ਨਮਾਜ਼ ਵਾਜੂ ਦੇ ਵਿੱਚ ਅਮਲ ਹੈ ਉਹ ਕਿਆ ਹੈ ਸਲਾਮ ਦਾ ਡੇਵਣਾ ਹੈ, ਸਲਾਮ ਦਾ ਪੜ੍ਹਨਾ ਹੈ ਕਿ ਨਮਾਜ਼ ਦੀ ਆਖਰੀ ਰਕਾਤ ਤਸ਼ਹੁਦ ਦੇ ਬਾਅਦ ਜਿਹੜੇ ਵੇਲੇ ਇਨਸਾਨ ਬੈਠਾ ਹੋਵੇ ਉਹਦਾ ਜਿਸਮ ਸਾਕਿਨ ਹੋਵੇ ਆਖੇ ਅਸਲਾਮ ਅਲੈਕਾ ਅਯੂਹਾ ਨਬੀਓ ਵਰਹਿਮਤੁਲਾਹ ਵਬਰਕਾਤੁਹ, ਇਹ ਮੁਸਤਹੱਬ ਹੈ। ਇਹ ਜੋਜ਼ਿਤ ਕਿਆ ਹੈ ਇਹ ਜੋਜ਼ਿਤ ਤਸ਼ਹੁਦ ਹੀ ਸਮਝਾ ਵੈਂਦੇ। ਇਹਦੇ ਬਾਅਦ ਦੋ ਸਲਾਮ ਹਨ, ਇਹਨਾਂ ਦੋ ਸਲਾਮਾਂ ਦੇ ਵਿੱਚੋਂ ਇੱਕ ਸਲਾਮ ਵਾਜਿਬ ਹੈ, ਜਿਹੜਾ ਵੀ ਪਹਿਲਾ ਆਖੋ ਤਾਂ ਉਹ ਕਾਫੀ ਹੈ ਜਾਂ ਦੂਜਾ ਆਖੋ ਤਾਂ ਉਹ ਕਾਫੀ ਹੈ। ਬਸ ਇੱਕ ਇਹ ਕਿ ਅਸਲਾਮ ਅਲੈਨਾ ਵਾਲਾ ਇਬਾਦੁੱਲਾਹ ਸਾਲਿਹੀਨ, ਇਹ ਆਖੇ ਜਾਂ ਇਹ ਆਖੇ ਅਸਲਾਮ ਅਲੈਕੁਮ, ਇਤਨਾ ਕਾਫੀ ਹੈ। ਲੇਕਿਨ ਇਹ ਕਿ ਅਗਰ ਆਖੇ ਅਸਲਾਮ ਅਲੈਕੁਮ ਤਾਂ ਇਹਦੇ ਨਾਲ ਕਿਆ ਹੈ ਮਤਲਬ ਹੈ ਕਿ ਇਹ ਜੁਮਲੇ ਦਾ ਇਜ਼ਾਫਾ ਕਰਨਾ ਵ ਰਹਿਮਤੁੱਲਾਹ ਵ ਬਰਕਾਤੁਹ ਤਾਂ ਮੁਸਤਹੱਬ ਹੈ। ਅਤੇ ਦੋਹਾਂ ਕੋ ਅਗਰ ਮਤਲਬ ਨਾ ਪੜ੍ਹੇ, ਅਗਰ ਪਹਿਲਾ ਪੜ੍ਹੇ ਬਸ ਅਸਲਾਮ ਅਲੈਨਾ ਵਾਲਾ ਇਬਾਦੁੱਲਾਹ ਸਾਲਿਹੀਨ, ਅਸਲਾਮ ਅਲੈਕੁਮ ਵ ਰਹਿਮਤੁੱਲਾਹ ਵ ਬਰਕਾਤੁਹ ਤਾਂ ਵੱਲ ਵੀ ਠੀਕ ਹੈ, ਨਮਾਜ਼ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਪੇਸ਼ ਆਉਂਦੀ। ਇਵੇਂ ਇਹ ਕਿ ਅਗਰ ਨਮਾਜ਼ ਦੇ ਵਿੱਚ ਇਨਸਾਨ ਕਿਆ ਇਹ ਸਲਾਮ ਡੇਵਣਾ ਭੁੱਲ ਵਣੇ ਤਾਂ ਇਹਨਾਂ ਤਰੇ ਸੂਰਤਾਂ, ਨਮਾਜ਼ ਦੇ ਵਿੱਚ ਇਨਸਾਨ ਸਲਾਮ ਕਰਨਾ ਭੁੱਲ ਵਣੇ, ਸਲਾਮ ਡੇਵਣਾ ਭੁੱਲ ਵਣੇ ਤਾਂ ਇਹਨਾਂ ਤਰੇ ਸੂਰਤਾਂ। ਇੱਕ ਸੂਰਤ ਤਾਂ ਇਹ ਕਿ ਨਮਾਜ਼ ਖਤਮ ਕਰ ਦਿੱਤੀ ਸੀ, ਸਲਾਮ ਨਹੀਂ ਸੀ ਪੜ੍ਹਿਆ, ਹਾਲੀ ਨਮਾਜ਼ ਦੀ ਸੂਰਤ ਬਾਕੀ ਹੈ, ਉਹ ਕਿਬਲਾ ਦੀ ਤਰਫ ਮੂੰਹ ਕਰਕੇ ਅਤੇ ਉਹ ਬੈਠੇ ਹਾਲਾਤ ਨਮਾਜ਼ 'ਚ ਸਲਾਮ ਡੇਵਣਾ ਭੁੱਲ ਗਏ। ਇੱਥਾਂ ਇਹ ਕਿ ਕੋਈ ਅਗਰ ਯਾਦ ਆਵੇ ਕਿ ਮੈਂ ਸਲਾਮ ਨਹੀਂ ਦਿੱਤਾ, ਜਦਕਿ ਇਹੋ ਜਿਹਾ ਕੰਮ ਅੰਜਾਮ ਨਾ ਦੇ ਚੁੱਕਾ ਹੋਵੇ ਕਿ ਜਿਹੜਾ ਅਮਦੀ ਉਹ ਸਾਹਵੀ ਨਮਾਜ਼ ਕੋ ਬਾਤਲ ਕਰ ਦਿੰਦੇ, ਤਾਂ ਇੱਥੇ ਸਲਾਮ ਦੇ ਸੀ ਉਹਦੀ ਨਮਾਜ਼ ਸਹੀ ਹੈ। ਮਸਲਾ ਨੇ ਕਿ ਨਮਾਜ਼ ਦੀ
نماز سلام ڈیونا بھول گئے، کچھ دیر گزر گئی ہے، لیکن وہ مسلے دے اتے بیٹھے قبلہ دی طرف منہ ہسی، اتھاں کوئی ہو جہاں کام انجام نسی دیتا کہ مثلا نے کہ جڑا یہ جہاں کام انجام نہیں سی دیتا کہ وہ کام آمدی یا صحوی نماز کو باطل کرے دا ہوئے، مثلا قبلہ کیا ہے قبلہ علیہ پاسے کانڈ کرے تو یہ آمدن بھی کانڈ کرنا نماز کو باطل کر دیں دے، اور صحو بھول کے بھی اگر کانڈ کرے تو باطل کر دیں، یہ جہاں عملی انجام نہیں سی دیتا تو کیا ہے سلام دے سی اور اندھی نماز صحیح ہے۔ ایک بار یہ ہے کہ نماز کیا ہے نماز دے وچ بھلیا ہویا جڑا سلام ہے کو اون ویلے یاد ہے کہ جڑے ویلے کیا ہے ایسا کام انجام دے چکا ہے جڑا عمدی و صحابی نماز کو باطل کر دیندے، مثلا نے کہ نماز پڑھ کی تھی سی قبلہ والے پاس سے مطلب نہ کیا ہے کنڈ کی تھی بیٹھے اون ویلے کو یاد ہے کہ میں نماز دا سلام دیونا بھول گیا ہم تے اتھاں دی نماز باطل ہے، دوبارہ نہ کیا ہے نماز پڑھ سی۔ اے دو صورت۔ تریجی صورت یہ ہے کہ ایک دفعہ کیا ہے نماز دی صورت تا باقی نہیں، مثلا نے ہے کہ حال ہی مثلا نے کہ کیا ہے مسلے دے اتے کعبے والے پاس کیا ہے نماز دی صورت باقی نہیں، مثلا نے کہ کوئی گفتگو کی تیسی یا وغیرہ وغیرہ، لیکن ہے کہ کوئی عمدی اور صحوی کم نمازی صورت باقی نہیں، لیکن ہے کہ کوئی ہو جہاں کم عمدی اور صحوی بھی انجام نہیں سی دیتا کہ جڑا نماز کو باطل کر دیں دے، مثلا وہ قبلہ والے پاسے کانڈ کرنا تو اتھا بھی احتیاط واجب دی منا دے اتے ان دی نماز باطل ہے۔ ہاں البتہ جڑے لوگ آگا سیستانی دی تقلید کریں اتھاں انہاں دے نزدیک انہاں تریہ صورتاں دے وچ این شخص دی نماز کیا ہے او ٹھیک ہے تے صحیح ہے۔ ساڑے این پروگرام دا وقت ختم پینا پہ بھیڑی براہم دے خدمت خدا حافظی کرے سم، السلام علیکم ورحمت اللہ وبرکاتہ۔ والعبد لا يرجو سوى مولى فانعم واكرم واطعم، أدعوك يا ربي وطبيبي سامع ندائي ومجيبي، والعمر أنوار المغيب فاغفر بحال العبد يا الله فاصبر واغفر وارحم.